ਪਰ ਇਹ ਤੇ ਵੱਡੇ ਦਾ ਘਰ ਸੀ, ਇੱਥੇ ਤੇ ਵੱਡੇ ਦੀਆਂ ਵਡਿਆਈਆਂ ਹੁੰਦੀਆਂ ਸਨ। ਇੱਥੇ ਤੇ ਆਖਿਆ ਜਾਂਦਾ ਸੀ ਸੁਣ ਵੱਡਾ ਆਖ ਹੈ ਸਭ ਕੋਏ, ਕੇਵਲ ਵੱਡਾ ਜੀਠਾ ਹੋਏ। ਉਹ ਵੱਡਾ ਕਿਹੋ ਜਿਹਾ? ਉਹ ਵੱਡਾ ਅਕਾਲ ਪੁਰਖ ਜਿਹਦੀ ਵਡਿਆਈ ਇਸ ਘਰ ਦੇ ਵਿੱਚੋਂ, ਗੁਰੂ ਨਾਨਕ ਦੇ ਘਰ ਦੇ ਵਿੱਚੋਂ ਜਿਹਦੀ ਆਵਾਜ਼ ਆਉਂਦੀ ਸੀ, ਜਿੱਥੇ ਸੁਬਾ ਸ਼ਾਮ ਪੜ੍ਹਿਆ ਜਾਂਦਾ ਸੀ ਸੋ ਦਰ ਤੇਰਾ ਕਿਹਾ, ਸੋ ਘਰ ਕਿਹਾ, ਹੇ ਵੱਡੇ ਅਕਾਲ ਪੁਰਖ ਵਾਹਿਗੁਰੂ ਤੇਰਾ ਦਰ ਕਿਉਂ ਲਿਆ ਵੱਡਾ, ਤੇਰਾ ਘਰ ਕਿਉਂ ਲਿਆ ਵੱਡਾ, ਕਿਤੇ ਕੋ ਸਾਨੂੰ ਸਮਝ ਆ ਜਾਵੇ। ਫਿਰ ਆਵਾਜ਼ ਆਉਂਦੀ ਸੀ ਸੋ ਵੱਡਾ ਆਖੇ ਸਭ ਕੋਏ, ਹੇ ਅਕਾਲ ਪੁਰਖ ਵਾਹਿਗੁਰੂ ਤੂੰ ਕਿੰਨਾ ਵੱਡਾ ਹੈ, ਇਹ ਕਿਹਾ ਨਹੀਂ ਜਾ ਸਕਦਾ। ਸੁਣ ਸੁਣ ਕੇ ਤੇਰੇ ਨਾਲ ਪਿਆਰ ਕਰਨ ਵਾਲਿਆਂ ਨੇ ਆਖਿਆ ਕਿ ਤੂੰ ਵੱਡਾ ਹੈ, ਤੇ ਉਹ ਸੁਣ ਸੁਣ ਕੇ ਅਸੀਂ ਵੀ ਆਖ ਦਿੱਤਾ ਕਿ ਤੂੰ ਵੱਡਾ ਹੈ। ਸੁਣ ਵੱਡਾ ਆਖੇ ਸਭ ਹੋਏ, ਕੇਵਲ ਵੱਡਾ ਦੀਖਾ ਹੋਏ। ਉਹ ਕਿੰਨਾ ਕੁ ਵੱਡਾ ਹੈ ਇਹ ਸਿਰਫ ਦੇਖਿਆ ਹੀ ਜਾਣਿਆ ਜਾ ਸਕਦਾ। ਸੁਣ ਵੱਡਾ ਆਖੇ ਸਭ ਹੋਏ, ਕੇਵਲ ਵੱਡਾ ਦੀਖਾ ਹੋਏ, ਕੀਮਤ ਪਾਏ ਨਾ ਕਹਿਆ ਜਾਏ। ਹੇ ਅਕਾਲ ਪੁਰਖ ਵਾਹਿਗੁਰੂ ਤੇਰੀ ਕੀਮਤ ਨਹੀਂ ਪਾਈ ਜਾ ਸਕਦੀ, ਤੇਰੀ ਬਰਾਬਰ ਤਾਂ ਕਿਸੇ ਹੋਰ ਦੇ ਨਾਲ ਕੀਤੀ ਨਹੀਂ ਜਾ ਸਕਦੀ। ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ, ਜਿਹਨਾਂ ਨੇ ਤੇਰੀ ਸਿਫਤ ਕੀਤੀ, ਜਿਹਨਾਂ ਨੇ ਤੇਰੀ ਸਿਫਤ ਸਲਾਹ ਕੀਤੀ, ਜਿਹਨਾਂ ਨੇ ਤੇਰੀ ਪੁਸਤਕ ਕੀਤੀ, ਉਹ ਤੇਰਾ ਹੀ ਰੂਪ ਹੋ ਗਏ ਸਤਿਗੁਰੂ।